ਕਰਨੈਲ ਸਿੰਘ ਸਭਰਾ ਨੂੰ ਕਿ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਉੱਤੇ ਜੋ ਉਹਨਾਂ ਨਾਟਕ ਬਣਾਇਆ ਹੈ ਉਹ ਆ ਕੇ ਪੇਸ਼ ਕਰਨ। ਕਰਨੈਲ ਸਿੰਘ ਜੀ ਸਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਰਮਾ ਆਪਣਾ ਪ੍ਰਗੜਾਏ ਪਹਿਲਾਂ ਪਿੱਛੋਂ ਨੈਣਾ ਦੀ ਜੋਤ ਆਬਾਦ ਰੱਖੇ ਰਿਹਦੇ ਆਪਣੇ ਜੋ ਰੱਬ ਲੱਭ ਲੈਂਦਾ ਸਬਰ ਸਾਧ ਸੰਤੋਖ ਜੋ ਸਾਧ ਰੱਖੇ ਉਹਨੇ ਦੂਜੇ ਨੂੰ ਸਿੱਖਿਆ ਕੀ ਦੇਣੀ ਜਿਹੜਾ ਆਪਣੇ ਘਰੇ ਪ੍ਰਸਾਦ ਰੱਖੇ ਖਿੜੀ ਰਵੇ ਉਹ ਪੰਛੀਆ ਫੁੱਲ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਯਾਦ ਰੱਖੇ। ਆਖਰੀ ਨਾਟਕ ਹੈ ਇਸ ਤੋਂ ਬਾਅਦ ਸਮਾਪਤੀ ਹੈ। ਬਹੁਤ ਥੋੜ੍ਹਾ ਸਮਾਂ ਮਿਲਿਆ ਇਹ ਨਾਟਕ ਤਿਆਰ ਕਰਨ ਲਈ। ਬਹੁਤ ਇਹਦੇ ਵਿੱਚ ਗਲਤੀਆਂ ਹੋਣ ਤਾਈਆਂ ਭੁੱਲਾਂ ਹੱਥੋਂ ਹੋ ਜਾਣੀਆਂ ਕਿਉਂਕਿ ਸਮਾਂ ਬਹੁਤ ਥੋੜ੍ਹਾ ਮਿਲਿਆ। ਆਸ ਕਰਦਾ ਕਿਉਂ ਕਰੋਂਗੇ ਆਓ ਵੇਖੀਏ ਨਾਟਕ ਤੱਕੀਏ ਲਾਵਾਰਸਾਂ ਦਾ ਵਾਰਸ। ਇਹ ਛੋਟਾ ਜਿਹਾ ਇੱਕ ਪਲੇਅ ਆ ਅੱਜ ਦੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ। ਪਿਆਰ ਸਤਿਕਾਰ ਦੇ ਨਾਲ ਤੱਕਣ ਦਾ ਯਤਨ ਕਰੀਏ। ਇਹਨਾਂ ਨੇ ਉਹ ਸਾਰਾ ਇਹਨਾਂ ਨੂੰ ਮਟੀਰੀਅਲ ਦੱਸਿਆ ਗਿਆ ਉਹਦੇ ਉੱਤੇ ਉਹਨਾਂ ਨੇ ਇਹ ਨਾਟਕ ਜਸਵੰਤ ਸਿੰਘ ਖਾਲੜਾ ਦਾ ਤਿਆਰ ਕੀਤਾ ਹੈ ਅਤੇ ਜਿਸ ਤਰ੍ਹਾਂ ਦਾ ਵੀ ਉਹਨਾਂ ਨੇ ਪੇਸ਼ ਕੀਤਾ ਹੈ ਉਸੇ ਤਰ੍ਹਾਂ ਦਾ ਉਹਨਾਂ ਕਿਹਾ ਵੀ ਉਹਦੇ ਵਿੱਚ ਕਿਉਂਕਿ ਬੜੇ ਸਮੇਂ ਲੱਗਦੇ ਨੇ ਇਹ ਨਾਟਕ ਤਿਆਰ ਕਰਨ ਦੇ ਉੱਤੇ ਅਤੇ ਉਹ ਥੋੜ੍ਹੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਉਹ ਮਤਲਬ ਸਾਰਾ ਤਿਆਰ ਕੀਤਾ ਜਿਹੜਾ ਆਪਣੇ ਸਾਹਮਣੇ ਪੇਸ਼ ਕਰਨਗੇ। ਪਿੰਡ ਖਾਲੜਾ ਵਿੱਚ ਸਰਦਾਰ ਜਸਵੰਤ ਸਿੰਘ ਦਾ ਜਨਮ ਪਿਤਾ ਸਰਦਾਰ ਕਰਤਾਰ ਸਿੰਘ ਮਾਤਾ ਮੁਖਤਾਰ ਕੌਰ ਦੇ ਘਰ ਹੋਇਆ। ਆਪ ਜੀ ਦੇ ਦਾਦਾ ਜੀ ਬਾਬਾ ਹਰਨਾਮ ਸਿੰਘ ਕਾਮਾ ਗਾਟਾ ਮਾਰੂ ਪ੍ਰਬੰਧ ਕਰਨ ਵਾਲੀ ਕਮੇਟੀ ਦੇ ਮੈਂਬਰ ਸਨ। ਆਪ ਜੀ ਦੇ ਵੱਡੇ ਵਡੇਰੇ ਬਾਬਾ ਸੂਰਾ ਜੀ ਬਾਬਾ ਤਾਰਾ ਸਿੰਘ ਜੀ ਵਾਹ ਦੇ ਸਾਥੀ ਸਨ ਜੋ ਮੁਗਲ ਹਕੂਮਤ ਨਾਲ ਲੋਹਾ ਲੈਂਦੇ ਸ਼ਹੀਦ ਹੋਏ। ਸਰਦਾਰ ਜਸਵੰਤ ਸਿੰਘ ਖਾਲੜਾ ਜੋ ਕਿ ਕੋਆਪਰੇਟ ਬੈਂਕ ਦੇ ਡਾਇਰੈਕਟਰ ਸਨ ਉਹਨਾਂ ਦੀ ਜ਼ਿੰਦਗੀ ਵਿੱਚ ਅਚਾਨਕ ਕਿਵੇਂ ਮੋੜ ਆਇਆ ਲਾਵਾਰਸ ਲਾਸ਼ਾਂ ਦੇ ਕੇਸ ਵਾਲੇ ਪਾਸੇ ਕਿਵੇਂ ਆਏ ਪੇਸ਼ ਹੈ ਨਾਟਕ ਦੀ ਪਹਿਲੀ ਝਾਕੀ। ਪੇਸ਼ ਹੈ ਨਾਟਕ ਲਾਵਾਰਸਾਂ ਦਾ ਵਾਰਸ ਲਾਵਾਰਸਾਂ ਦਾ ਵਾਰਸ ਲਾਵਾਰਸਾਂ ਦਾ ਵਾਰਸ। ਵੇ ਤੁਹਾਡਾ ਥੇ ਅਜੇ ਮੇਰਾ ਥੇ ਕਰਨ ਵਾਲਿਓ ਤੁਹਾਨੂੰ ਅਜੇ ਕਿਸੇ ਦੀ ਆਈ ਕਮਲੀ ਪਾਗਲ ਮੈਂਟਲ ਜੀ ਤੇ ਕੁੱਤਿਆ ਮਰ ਜਾ ਤੈਨੂੰ ਅਜੇ ਕਿਸੇ ਦੀ ਆਈ ਕੁੱਤਿਆ ਮਰ ਜਾ ਮਰ ਜਾ ਮਰ ਜਾ ਨਾ ਸਿਰ ਦੇ ਗਈ ਹਨੂਮਾਨ ਵਾਂਗੂ ਸੰਜੀਵਨੀ ਬੂਟੀ ਚੁੱਕੀ ਹੂੰ ਵੇ ਕੁੱਤਿਆ ਜੇ ਮੇਰੇ ਲਛਮਣਾ ਨੂੰ ਮੋਰ ਛਾਣ ਆਉਂਦੀ ਤੇ ਮੈਂ ਨਾ ਚੁੱਕਦੀ ਸੰਜੀਵਨੀ ਬੂਟੀ ਚੱਲ ਮਨਾ ਕਿਹਦੇ ਨਾਲ ਸਵੇਰੇ ਸਵੇਰੇ ਮੱਥਾ ਲਾ ਕੇ ਬਹਿ ਗਿਆ ਆਜੋ ਪੁੱਤ ਆਜੋ ਆਜੋ ਪੁੱਤ ਦਸਤਾਰ ਸਜਾ ਲਓ ਪੁੱਤ ਆਜੋ ਆਜੋ ਪੁੱਤ ਰੋਟੀ ਖਾ ਲਓ ਆਜੋ ਪੁੱਤ ਰੋਟੀ ਖਾ ਲਓ ਪੁੱਤ ਜਦੋਂ ਤੇ ਤੁਸੀਂ ਗਏ ਮੈਂ ਤੇ ਰੋਟੀ ਨੂੰ ਹੱਥ ਨਹੀਂ ਲਾਇਆ ਪੁੱਤ ਆਜੋ ਸਰਦਾਰ ਜੀ ਸਰਦਾਰ ਜੀ ਤੁਸੀਂ ਆਪਣੇ ਦਸਤਾਰ ਸਜਾ ਲਓ ਸਰਦਾਰ ਜੀ ਤੁਸੀਂ ਆਪਣੇ ਦਸਤਾਰ ਸਜਾ ਲਓ ਦਸਤਾਰ ਸਜਾ ਲਓ ਸਰਦਾਰ ਜੀ ਦਸਤਾਰ ਸਜਾ ਲਓ। ਜਸਵੰਤ ਸਿੰਘ ਕੋਈ ਗੰਭੀਰ ਹੀ ਮਾਮਲਾ ਲੱਗਦਾ ਏ ਤੈਨੂੰ ਇਹ ਮਾਤਾ ਨੂੰ ਜ਼ਰੂਰ ਪੁੱਛਣਾ ਚਾਹੀਦਾ ਏ। ਦੱਸ ਮਾਤਾ ਤੈਨੂੰ ਕੀ ਗੱਲ ਏ ਥੋੜਾ ਹੌਸਲਾ ਰੱਖ ਕੇ ਮੈਨੂੰ ਆਪਣਾ ਪੁੱਤਰ ਜਾਣ ਕੇ ਦੱਸ ਕਿਹਨੂੰ ਆਵਾਜ਼ਾਂ ਮਾਰਦੀ ਏ ਇਹ ਪੁਲਿਸ ਵਾਲਿਆਂ ਨਾਲ ਕਿਉਂ ਗਾਲੀ ਗਲੋਚ ਕਰਦੀ ਏ। ਮੈਂ ਪੁੱਤ ਕੀ ਦੱਸਾਂ ਕਿਸੇ ਨੇ ਮੇਰਾ ਦੁੱਖ ਨਹੀਂ ਵੰਡਾਇਆ ਤੇ ਮੈਂ ਕਿਹਨੂੰ ਆਪਦੀ ਦਰਦ ਕਹਾਣੀ ਸੁਣਾਵਾਂ। ਮਾਤਾ ਤੂੰ ਮੈਨੂੰ ਆਪਣਾ ਦੁੱਖ ਦੱਸ ਮੈਂ ਤੇਰਾ ਦੁੱਖ ਵੰਡਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਦੱਸ ਮੈਨੂੰ ਮਾਤਾ ਕੀ ਗੱਲ ਆ। ਲੈ ਪੁੱਤ ਫਿਰ ਸੁਣ ਦੇ ਉੱਤੇ ਪੱਥਰ ਰੱਖ ਕੇ ਮੇਰੀ ਦਰਦ ਕਹਾਣੀ।
की इन्हें जुल्म करने वाले विचों तैनू किसी की पछाण जां किसी का नाम मालूम आ पुत जिन्हां ने मेरे ते जुल्म किया उन्हां दे नां इस पर्ची विच लिखे आ माता मैं तेरे नाल वादा करना कि तैनू इंसाफ जरूर मिलूगा भाई साहब अतर सिंह का घर यही है यही है वीर जी यही घर अतर सिंह का भाई साहब मैं जसवंत सिंह पिंड खालड़े तो आया मैनू ये पता लगा कि पुलिस ने तुहाडे नाल बहुत ज्यादा ज्यादती की है पुत एक ज्यादती की है मेरा तो रहा ही कख नहीं गा बजुर्गा थोड़ा हौसला रख के दस की गल सी पुत मेरा इकलौता पुत्र से जादविंदर सिंह छे फुट ते तीन इंच कद ही उहदा ते मेरी नूह सिमरन लखां विचों एक सी पुत्रा ये उन्हां नूं तड़के फड़ के लै गए थाने मेरे पुत दे अखां दे सामने मेरी नूह दी अखां दे सामने इन्हां कुट कुट के मेरे पुत नूं मार दित्ता पुत्रा ओह दिन दी वी लै के कि रात सी ਉਹ ਤੜਕੇ ਦਾ ਸਮਾਂ ਸੀ ਮੇਰਾ ਨੂੰ ਪੁੱਤ ਘਰੇ ਕੀਰਤਨ ਕਰਨ ਡਿਆ ਸੀ ਆਸਾ ਦੀ ਵਾਰ ਦਾ ਇਹ ਜ਼ਾਲਮ ਆਏ ਨਾ ਇੱਕ ਨਹੀਂ ਮੰਨੀ ਕਹਿੰਦੇ ਸੁਖਦੇਵ ਸਿੰਘ ਸਖੀਰੇ ਦੇ ਨਾਲ ਤੁਹਾਡੇ ਸੰਬੰਧ ਬਸੇਰੇ ਵਾਸਤੇ ਪਾਏ ਪੁੱਤਰਾ ਤੁਸੀਂ ਉਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ ਕਿਸੇ ਮੋਹਤ ਬਾਰ ਨੂੰ ਨਹੀਂ ਦੱਸਿਆ ਬਹੁਤ ਦੱਸਿਆ ਪੁੱਤਰਾ ਬੜਾ ਰੌਲਾ ਪਾਇਆ ਕਿਸੇ ਦੀ ਉਹਨਾਂ ਇੱਕ ਨਹੀਂ ਮੰਨੀ ਪੁੱਤਰਾ ਮੇਰੀ ਦਰਦ ਕਹਾਣੀ ਸੁਣ ਕੇ ਤੇ ਅੰਬਰ ਦਾ ਸੀਨਾ ਵੀ ਪਾੜ ਸਕਦਾ ਤੈਨੂੰ ਮੈਂ ਕੀ ਦੱਸਾਂ ਅਜੇ ਡੇਢ ਸਾਲ ਹੋਇਆ ਸੀ ਮੇਰੇ ਪੁੱਤ ਦੇ ਵਿਆਹ ਨੂੰ ਛੋਟਾ ਜਿਹਾ ਬੱਚਾ ਸੀ ਮੇਰੀ ਨੂੰਹ ਦੇ ਕੋਲ ਇੱਕ ਦਿਨ ਰਾਤ ਨੂੰ ਠਾਣੇਦਾਰ ਸ਼ਰਾਬ ਦੇ ਨਾਲ ਰੱਜਿਆ ਆਇਆ ਮੇਰੀ ਨੂੰਹ ਦੀ ਗੋਦ ਚੋਂ ਬੱਚਾ ਫੜ ਕੇ ਕੰਧ ਦੇ ਨਾਲ ਮਾਰਿਆ ਪੁੱਤ ਬੱਚਾ ਮਰ ਗਿਆ ਇਹ ਵੇਖ ਕੇ ਮੇਰੀ ਨੂੰਹ ਬੇਹੋਸ਼ ਹੋਈ ਮੁੜ ਕੇ ਨਹੀਂ ਹੋਸ਼ ਆਈ ਪੁੱਤਰਾ ਤੈਨੂੰ ਮੈਂ ਕੀ ਦੱਸਾਂ ਬਜ਼ੁਰਗਾ ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਜੋ ਵੀ ਤੇਰੇ ਨਾਲ ਜ਼ੁਲਮ ਹੋਇਆ ਜਿਨ੍ਹਾਂ ਵੀ ਜ਼ਾਲਮਾਂ ਨੇ ਤੇਰੇ ਨਾਲ ਇਹ ਤਸ਼ੱਦਦ ਕੀਤਾ ਵਾ ਜਿੰਨਾ ਚਿਰ ਮੈਂ ਉਹਨਾਂ ਜ਼ਾਲਮਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਰਿੰਨ ਰੱਖ ਦਿੰਦਾ ਮੈਂ ਆਰਾਮ ਨਾਲ ਨਹੀਂ ਬੈਠਾਂਗਾ ਬਜ਼ੁਰਗਾ ਮੈਂ ਆਰਾਮ ਨਾਲ ਨਹੀਂ ਬੈਠਾਂਗਾ ਪੁੱਤ ਮੈਨੂੰ ਮੇਰੇ ਵਿਛੜੇ ਜੀ ਕਦੋਂ ਮਿਲਣਗੇ ਬਾਪੂ ਮੈਂ ਤੇਰੇ ਵਿਛੜੇ ਜੀਆਂ ਨੂੰ ਤੇ ਨਹੀਂ ਮਿਲਾ ਸਕਦਾ ਪਰ ਤੈਨੂੰ ਮੈਂ ਇਨਸਾਫ ਜ਼ਰੂਰ ਦਵਾਉਂਗਾ ਇਹ ਮੇਰਾ ਤੇਰੇ ਨਾਲ ਵਾਅਦਾ ਉਸ ਮੈਂ ਬੜੇ ਧੱਕੇ ਖਾਦੇ ਮੈਨੂੰ ਤੇ ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਦਿੱਤੀਆਂ ਬਾਪੂ ਮੈਂ ਸਮਝਦਾ ਤੇਰੀ ਗੱਲ ਨੂੰ ਤੂੰ ਬਸ ਹੁਣ ਸਬਰ ਰੱਖ ਹੁਣ ਜ਼ਿਆਦਾ ਚਿਰ ਨਹੀਂ ਆ ਉਹਨਾਂ ਜ਼ਾਲਮਾਂ ਦਾ ਜ਼ੁਲਮ ਹੋਊਗਾ ਚਲੋ ਪੁੱਤਰਾ ਜਿਉਂਦਾ ਰਹੋ ਰੱਬ ਤੇਰਾ ਭਲਾ ਕਰੇ ਪਰ ਮੈਨੂੰ ਨਹੀਂ ਜਾਪਦਾ ਦੁਨੀਆਂ ਦੇ ਉੱਤੇ ਕੋਈ ਮੇਰਾ ਦੁੱਖ ਵਡਾਉਣ ਵਾਲਾ ਆਊਗਾ ਰੱਬਾ ਮੈਂ ਕੀ ਕਰਾਵੇ ਹਮ ਆਦਮੀ ਹਾਂ ਇੱਕ ਦਮੀ ਜਸਵੰਤ ਸਿਆਂ ਸਾਦਾ ਕੀ ਭਰੋਸਾ ਦਮ ਆਵੇ ਕੇ ਨਾ ਇਹਨਾਂ ਦਮਾਂ ਨੂੰ ਕੌਮ ਦੇ ਲੇਖੇ ਲਾ ਦੇ ਤੇਰੀਆਂ ਰਗਾਂ ਵਿੱਚ ਬਾਬੇ ਸੂਰੇ ਤੇ ਬਾਬੇ ਹਰਨਾਮ ਸਿੰਘ ਕਦਰੀ ਦਾ ਖੂਨ ਦੌੜ ਰਿਹਾ ਵਾਰ ਵਾਰ ਨਹੀਂ ਆਉਣਾ ਜਹਾਨ ਤੇ ਜਸਵੰਤ ਸਿਆਂ ਵਾਰ ਵਾਰ ਨਹੀਂ ਆਉਣਾ ਜਹਾਨ ਤੇ ਨਹੀਂ ਆਉਣਾ ਜਸਵੰਤ ਸਿਆਂ ਨਹੀਂ ਆਉਣਾ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿ
ਕਰਦਾ ਦਾ ਜਸਵੰਤ ਸਿੰਘ ਪਰ ਉਹਦਾ ਤਾਂ ਪਿੰਡ ਵਾਲਿਆਂ ਭੋਗ ਵੀ ਪਵਾ ਦਿੱਤਾ ਮੈਂ ਕਦੇ ਭੁਲੇਖਾ ਤਾਂ ਨਹੀਂ ਖਾ ਰਿਹਾ ਮੈਨੂੰ ਲਾਗੇ ਜਾ ਕੇ ਜ਼ਰੂਰ ਪੁੱਛਣਾ ਚਾਹੀਦਾ ਉਹ ਚਾਚਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਾਚਾ ਤੂੰ ਇੱਥੇ ਕਿਵੇਂ ਤੇਰਾ ਤਾਂ ਪਿੰਡ ਵਾਲਿਆਂ ਭੋਗ ਵੀ ਪਵਾ ਦਿੱਤਾ ਉਹ ਤੂੰ ਤਿਲਕ ਰਾਜ ਦਾ ਮੁੰਡਾ ਵਾ ਹਾਂ ਚਾਚਾ ਪਰ ਤੂੰ ਇੱਥੇ ਕਿਵੇਂ ਤੈਨੂੰ ਤਾਂ ਸਾਰਾ ਪਿੰਡ ਸ਼ਹੀਦ ਕਰੀ ਬੈਠਾ ਤੂੰ ਇੱਥੇ ਹਜ਼ੂਰ ਸਾਹਿਬ ਆਪਣੇ ਪਿੰਡ ਦੀ ਸੰਗਤ ਨਾਲ ਆਇਆ ਵਾ ਹਾਂ ਚਾਚਾ ਪਿੰਡੋਂ ਬਹੁਤ ਸਾਰੀ ਸੰਗਤ ਆਈ ਆ ਉਰੇ ਆ ਮੇਰੀ ਗੱਲ ਸੁਣ ਪਿੰਡ ਦੇ ਕਿਸੇ ਬੰਦੇ ਕੋਲ ਮੇਰੇ ਬਾਰੇ ਗੱਲ ਨਾ ਕਰੀ ਨਹੀਂ ਕਰਦਾ ਚਾਚਾ ਮੇਰੀ ਗੱਲ ਇਸ ਤਰ੍ਹਾਂ ਇੱਕ ਰਾਤ ਮੈਨੂੰ ਪੁਲਿਸ ਵਾਲਿਆਂ ਘਰੋਂ ਚੁੱਕਿਆ ਤੇ ਥਾਣੇ ਲੈ ਗਏ ਉੱਥੇ ਜਾ ਕੇ ਗਾਲੀ ਗਲੋਚ ਕੀਤਾ ਤੇ ਕੁੱਟ ਮਾਰ ਕੀਤੀ ਉੱਥੇ ਹੋਰ ਵੀ ਬਹੁਤ ਸਾਰੇ ਬਜ਼ੁਰਗ ਨੌਜਵਾਨ ਕੋਈ ਤੇਰੇ ਹਾਣੀ ਵੀ ਹੋਣਗੇ ਚਾਚਾ ਪਰ ਮੇਰੇ ਜਿਹੜਾ ਕੀ ਕਸੂਰ ਕੀਤਾ ਹੋਊਗਾ ਉਹ ਪੁੱਤਰਾ ਉਹ ਕਿਤੇ ਕਸੂਰ ਵੇਂਦੇ ਹੀ ਜਿਹੜਾ ਵੱਜਾ ਚੁੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਦੀ ਕਰਦੇ ਸੀ ਉੱਥੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਕੁੱਟਿਆ ਜਾਂਦਾ ਸੀ ਕਈਆਂ ਦੇ ਚੱਡੇ ਪਾੜਤੇ ਜਾਂਦੇ ਸੀ ਘੋਟਨੇ ਲਾ ਕੇ ਤੱਤੀਆਂ ਸੀਖਾਂ ਲਾ ਕੇ ਪੁੱਤਰਾ ਸਾੜਿਆ ਜਾਂਦਾ ਸੀ ਤੇ ਫਿਰ ਸ਼ਹੀਦ ਕਰਦਾ ਜਾਂਦਾ ਸੀ ਤੇ ਫਿਰ ਨਾ ਲਾਵਾਰਸ ਕਹਿ ਕੇ ਫੂਕ ਦਿੱਤਾ ਜਾਂਦਾ ਸੀ ਪਰ ਚਾਚਾ ਤੂੰ ਕਿਵੇਂ ਬਚ ਗਿਆ ਉਹ ਮੈਂ ਕਿਵੇਂ ਬਚਿਆ ਇੱਕ ਦਿਨ ਮੈਨੂੰ ਥਾਣੇਦਾਰ ਕਹਿੰਦਾ ਅੱਜ ਤੇਰੀ ਵਾਰੀ ਆ ਕਿਸੇ ਨਹਿਰ ਦੇ ਕੰਢੇ ਜਾਣ ਦੀ ਚਾਚਾ ਕਹਿੰਦੇ ਉਹ ਬਹੁਤ ਜ਼ਾਲਮ ਸੀ ਥਾਣੇਦਾਰ ਉਹਦੇ ਕੋਲੋਂ ਤਾਂ ਧਰਮਰਾਜ ਵੀ ਨਹੀਂ ਬਚਾ ਸਕਦਾ ਸੀ ਹਾਂ ਉਹ ਜਿਸ ਰਾਤ ਮੈਨੂੰ ਮਾਰਨਾ ਸੀ ਨਾ ਉਸ ਰਾਤ ਰਟੌਲਾਂ ਦੇ ਨੇੜੇ ਪੁਲਿਸ ਮੁਕਾਬਲਾ ਹੋ ਗਿਆ ਤੇ ਥਾਣੇਦਾਰ ਰਾਤ ਥਾਣੇ ਆ ਹੀ ਨਾ ਸਕਿਆ ਅੱਛਾ ਚਾਚਾ ਤੇ ਅੰਮ੍ਰਿਤ ਵੇਲੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਮੇਰੇ ਕੰਨਾਂ ਵਿੱਚ ਆਵਾਜ਼ ਪਈ ਸਤਿਗੁਰ ਸਿੱਖ ਕੇ ਬੰਧਨ ਕਾਟੇ ਮੈਂ ਆਪਣਾ ਹੱਥ ਘੜੀ ਵਿੱਚੋਂ ਖਿੱਚਿਆ ਤੇ ਮੇਰਾ ਹੱਥ ਬਾਹਰ ਨਿਕਲ ਆਇਆ ਵਾਹਿਗੁਰੂ ਧੰਨ ਹੈ ਤੂੰ ਬਾਜਾਂ ਵਾਲਿਆ ਅਜੇ ਨਾ ਸਵੇਰਾ ਹੀ ਸਵੇਰ ਸੀ ਕੋਈ ਪੁਲਿਸ ਵਾਲਾ ਬੁਰਸ਼ ਕਰ ਰਿਹਾ ਸੀ ਤੇ ਕੋਈ ਦਾਤਨ ਕਰ ਰਿਹਾ ਸੀ ਮੈਂ ਰਵਾਂ ਰਵੀ ਡੋੜੀ ਦਾ ਦਰਵਾਜ਼ਾ ਬਾਹਰ ਹੋ ਗਿਆ ਓਏ ਮੈਨੂੰ ਕਿਸੇ ਨਾ ਵੇਖਿਆ ਤੇ ਬਾਹਰ ਆ ਕੇ ਮੈਂ ਟਰੱਕ ਵਾਲੇ ਨੂੰ ਹੱਥ ਦਿੱਤਾ ਤੇ ਟਰੱਕ ਵਿੱਚ ਬੈਠ ਕੇ ਪੰਜਾਬ ਤੋਂ ਬਾਹਰ ਇੱਥੇ ਹਜ਼ੂਰ ਸਾਹਿਬ ਵਿੱਚ ਆ ਗਿਆ ਵਾਂ ਤੇ ਹੁਣ ਮੈਂ ਇਹ ਫੈਸਲਾ ਕੀਤਾ ਕਿ ਬੋਨਸ ਵਿੱਚ ਮਿਲੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਕੱਟਣੀ ਆ ਚਾਚਾ ਜਿਹੜਾ ਸੱਚੇ ਮਨੋਂ ਮਹਾਰਾਜ ਨੂੰ ਯਾਦ ਕਰਦਾ ਕੀ ਉਹ ਸੇਵਕਾਂ ਦੇ ਕਾਰਜ ਰਾਸ ਕਰਦਾ ਹੈ ਹਾਂ ਪੁੱਤਰਾ ਪਰ ਇਸ ਲਈ ਗੁਰੂ ਦੇ ਹੋਣਾ ਪੈਂਦਾ ਵਾ ਚਾਚਾ ਉਹਦੇ ਹੋਣ ਲਈ ਕੀ ਕਰਨਾ ਪੈਂਦਾ ਹੈ ਸਭ ਤੋਂ ਪਹਿਲਾਂ ਖੰਡੇ ਬਾਟੇ ਦੀ ਪੌ ਲੈ ਕੇ ਅੰਮ੍ਰਿਤ ਛਕਣਾ ਪੈਂਦਾ ਹੈ ਚਾਚਾ ਜੀ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਖੰਡੇ ਬਾਟੇ ਦੀ ਪੌ ਦਿਓ ਉਹ ਮੇਰੀ ਗੱਲ ਸੁਣ ਤੂੰ ਰੱਖਦਾ ਵਾ ਹਿੰਦੂ ਪਰਿਵਾਰ ਨਾਲ ਸੰਬੰਧ ਤੇਰੇ ਘਰ ਦੇ ਕੋਈ ਤਰਾਜ ਨਾ ਕਰਨਾ ਨਹੀਂ ਚਾਚਾ ਜਦੋਂ ਮੈਂ ਸਿੰਘ ਸੱਜ ਗਿਆ ਤੇ ਮੇਰੇ ਘਰਦਿਆਂ ਨੇ ਅੰਮ੍ਰਿਤ ਛਕ ਲੈਣਾ ਹੈ ਚੱਲ ਫਿਰ ਤੇਰਾ ਜਾ ਕੇ ਨਾਲ ਖਾਈਏ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਵਾ ਨਾਲੇ ਮੈਂ ਬਰਤਨ ਛਾਡਾ ਵਾ ਲੰਗਰ ਦੇ ਵਿੱਚ ਚਾਚਾ ਕੇਡਾ ਸਿਆਂ ਮੈਂ ਕਈ ਦਿਨ ਹੋ ਗਏ ਤੈਨੂੰ ਦੇਖ ਰਿਹਾ ਤੂੰ ਆਪਣੀ ਡਿਊਟੀ ਤੇ ਨਹੀਂ ਗਿਆ ਕੀ ਗੱਲ ਨੌਕਰੀ ਛੱਡ ਕੇ ਨਹੀਂ ਦਿੱਤੀ ਪੁੱਤ ਬਥੇਰੀ ਕਰ ਲਈ ਡਿਊਟੀ ਪਰ ਚਾਚਾ ਤੇਰਾ ਤੇ ਗੁਜ਼ਾਰਾ ਹੀ ਨੌਕਰੀ ਦੇ ਸਿਰ ਤੇ ਚੱਲਦਾ ਹੁਣ ਪੁੱਤ ਮਹਾਰਾਜ ਆਪੇ ਦਊ ਜਿਹੜੇ ਕਿਤੇ ਨੌਕਰੀ ਨਹੀਂ ਕਰਦੇ ਉਹ ਕਿਤੇ ਭੁੱਖੇ ਮਰ ਜਾਂਦੇ ਵਾ ਪਰ ਚਾਚਾ ਤੂੰ ਤੇ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਉਂਦਾ ਸੀ ਪੁੱਤ ਫਿਰ ਕੀ ਹੋਇਆ ਜੀ ਮੈਂ ਇੱਕ ਗਰੀਬ ਕਰਮਚਾਰੀ ਸੀ ਪਰ ਹੈਗਾ ਤਾਂ ਇੱਕ ਇਨਸਾਨ ਸੀ ਚਾਚਾ ਕੋਈ ਖਾਸ ਘਟਨਾ ਘਟੀ ਲੱਗਦੀ ਹੈ
ਮੈਂ ਤਾਂ ਕੋਈ ਜਲਾ ਕੋ ਨਾ ਪੁੱਤ ਕੀ ਦੱਸਾਂ ਤੈਨੂੰ ਕੀ ਦੱਸਾਂ ਤੈਨੂੰ ਪੁੱਤ ਇਹ ਹਾਕਮ ਹਕੂਮਤ ਨਸ਼ਿਆਂ ਵਿੱਚ ਆ ਹਾਕਮ ਹਕੂਮਤ ਨੌਜਵਾਨਾਂ ਨੂੰ ਬਾਹਰ ਮਾਰ ਕੇ ਲਈ ਆਉਂਦੇ ਸਨ ਵਾਹਿਗੁਰੂ ਵਾਹਿਗੁਰੂ ਪੁੱਤ ਕੀ ਦੱਸਾਂ ਤੈਨੂੰ ਮੈਂ ਪੁੱਤ ਇਹ ਐਡੇ ਔਖੇ ਸਨ ਮੈਂ ਲਿਖ ਕੇ ਦੇ ਦਿੱਤਾ ਕਿ ਮੈਂ ਇਹਨਾਂ ਦੀ ਨੌਕਰੀ ਨਹੀਂ ਕਰ ਸਕਦਾ ਪੁੱਤ ਮੈਂ ਕਿਸੇ ਜ਼ਿਮੀਦਾਰ ਦੀ ਦਿਹਾੜੀ ਕਰ ਲਵਾਂਗਾ ਪਰ ਇਹ ਸਰਕਾਰ ਦੀ ਨੌਕਰੀ ਨਹੀਂ ਕਰਾਂਗਾ ਪੁੱਤ ਇਹ ਸਰਕਾਰ ਦੀ ਨੌਕਰੀ ਨਹੀਂ ਕਰਾਂਗਾ ਸਾਰੇ ਜੀ ਭੱਜ ਗਿਆ ਆ ਇੱਕ ਬਜ਼ੁਰਗ ਨੂੰ ਲਿਆਂਦਾ ਫੜ ਕੇ ਹੋਵੇ ਹੁਕਮ ਤੇ ਪੇਸ਼ ਕਰਾਂ ਓਏ ਲਿਆ ਲਿਆ ਜੇ ਲਿਆਂਦਾ ਉਹਨੂੰ ਤੇ ਚੋਰਿਆ ਉਹ ਤੇਰੇ ਬਾਕੀ ਜੀ ਕਿੱਥੇ ਆ ਓਏ ਜਨਾਬ ਮੇਰੇ ਦੋ ਲੜਕੇ ਨੇ ਉਹ ਪੰਜਾਬ ਤੋਂ ਬਾਹਰ ਫੈਕਟਰੀਆਂ 'ਚ ਕੰਮ ਕਰਦੇ ਨੇ ਸਹੁਰਿਆ ਉੱਥੇ ਬੰਬ ਬਣਾਉਂਦੇ ਆ ਨਹੀਂ ਜਨਾਬ ਉਹ ਸੀਮੈਂਟ ਦੀਆਂ ਫੈਕਟਰੀਆਂ 'ਚ ਕੰਮ ਕਰਦੇ ਓਏ ਸੱਚ ਸੱਚ ਦੱਸ ਦੇ ਕੀ ਕੰਮ ਕਰਦੇ ਆ ਨਹੀਂ ਤੇ ਸੱਚ ਮੈਂ ਬੁਲਾਉਣਾ ਜਾਣਦਾ ਉਹ ਮੈਂ ਤਾਂ ਕੰਧਾਂ ਬੁਲਾ ਦਿੰਦਾ ਕੰਧਾਂ ਜਨਾਬ ਤਾਂ ਸਾਡੇ ਬਾਰੇ ਕਿਸੇ ਨੇ ਗਲਤ ਦੱਸਿਆ ਅਸੀਂ ਮਹਾਂ ਗੁਜ਼ਾਰਾ ਕਰਦੇ ਹਾਂ ਆਪਦਾ ਓਏ ਉਹ ਬੁੜਿਆ ਮੈਨੂੰ ਇਹ ਦੱਸ ਕਦੀ ਚੰਡੀਗੜ੍ਹ ਗਿਆ ਓਏ ਜਨਾਬ ਗਿਆ ਇੱਕ ਵਾਰੀ ਤੇ ਉੱਥੇ ਚੰਡੀਗੜ੍ਹ ਵਾਲੀ ਝੀਲ ਵੇਖੀ ਓ ਜਨਾਬ ਮੈਂ ਸਮਝਿਆ ਨਹੀਂ ਬੋਲ ਓਏ ਉਹ ਤਾਂ ਤੈਨੂੰ ਮੈਂ ਵਿਖਾ ਨਹੀਂ ਸਕਦਾ ਮੇਰੀ ਮਜਬੂਰੀ ਏ ਪਰ ਹਰੀਕਿਆਂ ਵਾਲੀ ਝੀਲ ਤੈਨੂੰ ਮੈਂ ਜ਼ਰੂਰ ਵਿਖਾਊਂਗਾ ਓਏ ਕੁਲਦੀਪ ਸਿੰਘ ਜੀ ਜਨਾਬ ਓ ਕੋਈ ਹੋਰ ਵੀ ਲਿਆਂਦਾ ਜਨਾਬ ਇੱਕ ਆ ਮੁੰਡੂ ਜਿਹਾ ਲਿਆਂਦਾ ਫੜ ਕੇ ਓ ਲਿਆਂਦਾ ਤੇ ਲਿਆ ਉਹਨੂੰ ਇੱਥੇ ਓ ਲਿਬੜੇ ਭਾਂਡੇ ਉਹਦਾ ਵੀ ਕੰਮ ਕਰ ਹੀ ਦਈਏ ਜਨਾਬ ਸਾਡੇ ਨੂੰ ਗਨਾਹ ਤਾਂ ਤੁਹਾਨੂੰ ਮੈਂ ਦੱਸੂਗਾ ਉਹ ਬੁੱਢਿਆ ਕਦੀ ਨਿੱਕਾ ਹੁੰਦਾ ਤੂੰ ਨਹਿਰ ਤੇ ਨਹਾਉਂਦਾ ਨਹੀਂ ਸੀ ਹੁੰਦਾ ਬਸ
तेरी ओही याद ताजा करनी है हुण मैं। हां ते तू भी जवानी च नवा नवा पैर रखन लग्या और थानेदारा तू मेरे परिवार दे सारे जी मारते ते तू ते जेड़ा तू है ना तू तू मेरे परिवार मेरे प्यो मेरी मां सारे नू मारिया तू मैं मारिया बिल्कुल जे एहो गल ना तू मेनू भी मार दे बिल्कुल मारूंगा तैनू भी दिल वाली जड़िया फीतियां लाउणियां तू ओ चुप ओए फीतियां तो मैं एक मिनट थानेदारा जे मेरी गल खत्म नहीं हुई थानेदारा जे तू एहो ही चाहना है तिके तू जड़िया मजलूमा नू मार के जड़िया फीतियां आप दे मोढ़िया ते लगाइया ना ये लगिया नहीं रहनिया चुप तेरी जबान कुछ ज्यादा चलती है क्योंकि तैनू जवानी का नवा नवा नशा चढ़िया है जे ओ कुलदीप सिंह लै चल इन्हों मैं दसदा हूं विखा इन्हों मैं हरीकों वाली चीज वो नाले गल सुन मेरी आ उपरों जोर बड़ा पिया आ जसवंत सिंह पुत्र करतार सिंह कौन है ये भी स्नान पानी का प्रबंध करना पता करिए भी कि वाए हुण जसवंसिया तेरी मेहनत नूं फल लगना शुरू हो गया ओ दिन दूर नहीं जदों ये सारे जालम जेल दीआं सलाखां पिछे होणगे पुलिस वाले मैनू मार के भी गल नूं दबा नहीं सकते ये केस तां हुण मैं कनेडा की अदालत विच भी रख चुका हाँ ते साढ़े सत्रां दे भंगड़े पाउण वाले चैनल भी नहीं लभणगे जो ये जालम हकूमत ने निर्दोषां नूं लवारस कह के मार दिता जिन्हां दे परिवार वालियां नूं उन्हां दे जीआं दीआं लाशां अजे तक नहीं मिलियां हुण समां आ गया उन्हां नूं इंसाफ मिलेगा ते जिन्हां जो जुल्म कीता उन्हां नूं आपदे कीते दीआं जरूर सजावां मिलणगीआं ओ जसवंत सिंह पुत्र करतार सिंह तू ही है हाँ जी मैं ही हाँ ते तू ए जिन्हें साड़ी पुलिस नू वक्त पाया है काला वक्त ठंडा साहब ओए मनुखी अधिकार संगठन दा तू ही हाँ मैं ही हाँ ते तू ही लावारस लाशा लभदा फिरदा है हां ठंडदारा मैनू इंसाफ चाहिए इंसाफ ओए तैनू पता नहीं सरकार ना मथा लाउण दा की हशर हो सकता है ओ पानी विच रह के मगर मछ ना वैर नहीं पाईदा जसवंत सिंह और ठंडदारा ओ बाबे दी बाणी कहिंदी आ जे जीवे पत लथी जाए सब हराम जेता किश खाए जे मैं ये केस पाया ना ते कोई गुनाह नहीं कीता ठंडदारा ओए ओ गुनाह साडे अफसरां भी कोई नहीं कीता उन्हां भी अपनियां ड्यूटियां निभाईयां ने ये केड़ी ड्यूटी हुई ठंडदार साहब बेगुनाह नौजवानां नूं चुक के झूठे मुकदमे बना के उन्होंने मार दिता गया ते उन्हां दीआं लाशां नूं लवारस कह के साड़ दिता ये केड़ी ड्यूटी है ठंडदार साहब ओए चुप ये तो तैनू मैं दसूंगा कि केड़ी ड्यूटी है ओ यार प्रीता जी
ओ बनो एदियां मुश्कां ते ले चलो इनू ठाणे। ठाणेदारा तू मेरे नाल ज्यादती नहीं कर सकदा। ओए चुप कर तू, ए तां तैनू मैं दसूं। ओए बनियां मुश्कां ते हुण इनू खड़ो ठाणे, इनू मैं बनाउणा लावारस लाशां दा वारस। ओ ते मैं बन के रहूं ठाणेदारा। ओ चुप ओए चुप। कुलदीप सिंह तू अपनी आत्मा की आवाज सुन, तैनू किन्नियां लानता पा रही है, किन्ना तू जुल्म अपनियां अखां नाल वेखिया। रब तैनू मुआफ नहीं करूगा, तैनू इन्हां हाकमां दे जुल्म जग जाहिर करने चाहिए ने, जेड़े पंथ दर्दियां ने ये लावारस लाशां वाला काम किया। तैनू उन्हां नाल मिलके इन्हां जालमां दे खिलाफ गवाही देनी चाहीदी है। पंजाब पुलिस दे मत्थे ते लगा कलंक धोण दी कोशिश कर कुलदीप सिंह, साफ साफ दस दे कि जसवंत सिंह नूं तिन्नां थाणियां विच कुट कुट के शहीद कर दिता ते अपने पापां ते पर्दा पाउण लई उस नूं हरीके विखे रोड़ दिता। कुलदीप दस दे सब कुछ, दस दे कुलदीप सिंह दस दे सब कुछ। सरदार जसवंत सिंह खालड़ा का यह काम सरकार नूं चंगा ना लगा। 6 सितंबर 1995 ਨੂੰ ਘਰੋਂ ਪੰਜਾਬ ਪੁਲਿਸ ਨੇ ਚੁੱਕ ਲਿਆ, ਕਈ ਦਿਨ ਕਈ ਥਾਣਿਆਂ ਵਿੱਚ ਰੱਖਿਆ ਗਿਆ ਤੇ ਅੰਨਾ ਤਸ਼ੱਦਦ ਕਰਕੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ 25 ਅਕਤੂਬਰ 1995 ਨੂੰ ਸ਼ਹੀਦ ਕਰ ਦਿੱਤਾ। ਸਰਦਾਰ ਦੀ ਸ਼ਹੀਦੀ ਦਾ ਪਤਾ ਜਦੋਂ ਉਹਨਾਂ ਦੇ ਪਰਿਵਾਰਾਂ ਨੂੰ ਲੱਗਾ ਜਿਨ੍ਹਾਂ ਦੇ ਬਦਲੇ ਉਹਨੂੰ ਸ਼ਹੀਦ ਹੋਣਾ ਪਿਆ, ਉਹਨਾਂ ਪਰਿਵਾਰਾਂ ਦੇ ਹੰਝੂ ਆਪ ਮੁਹਾਰੇ ਇੰਜ ਡੁੱਲ ਪਏ, ਆਪ ਮੁਹਾਰੇ ਇੰਜ ਡੁੱਲ ਪਏ, ਆਪ ਮੁਹਾਰੇ ਇੰਜ ਡੁੱਲ ਪਏ।
लाशां लभदां तू लाश बन गया।
ਇਹ ਕੋਰੀਓਗ੍ਰਾਫੀ ਕਰਨੈਲ ਸਿੰਘ ਸਭਰਾਰ ਨੇ ਪੇਸ਼ ਕੀਤੀ। ਬੀਬੀ ਕੰਸੋ ਜਿਹੜੀ ਇਹ ਪਾਤਰ ਬਣੀ ਹੈ ਇਹ ਉਸ ਬਿਲਕੁਲ ਸੱਚੀ ਕਹਾਣੀ ਹੈ ਜਿਹੜੀ ਜਸਵੰਤ ਸਿੰਘ ਖਾਲੜਾ ਨੇ ਸਾਨੂੰ ਆਪ ਦੱਸੀ ਸੀ ਕਿ ਉਹ ਬੀਬੀ ਕੰਸੋ ਲਾਲੂ ਘੁੰਮਣ ਦੀ ਹੈ ਜਿਹਦਾ ਇੱਕ ਪਤੀ ਤੇ ਦੋ ਬੱਚੇ ਪੁਲਿਸ ਨੇ ਮਾਰਤੇ ਸੀ। ਉਹ ਕਮਲੀ ਇਹ ਨਹੀਂ ਵੀ ਇਹ ਸਿਰਫ ਨਾਟਕ ਦੇ ਤੌਰ ਤੇ ਕਮਲੀ ਬਣਾ ਕੇ ਤੇ ਇਹਨੂੰ ਇੱਕ ਗੜੜੀ ਚੁਕਾਈ ਗਈ ਹੈ, ਬਿਲਕੁਲ ਸੱਚੀ ਕਹਾਣੀ ਹੈ। ਜਸਵੰਤ ਸਿੰਘ ਖਾਲੜਾ ਨੂੰ ਉਹ ਬੀਬੀ ਰੋਜ਼ ਲਾਲੂ ਘੁੰਮਣ ਤੋਂ ਚਬਾਲ ਆਉਂਦੀ ਸੀ, ਉਹਦਾ ਦਿਮਾਗ ਹਿੱਲ ਗਿਆ ਸੀ ਤੇ ਉਹ ਕਮਲੀ ਹੋਈ ਗੜੜੀ ਲੈ ਕੇ ਰੋਜ਼ ਚਬਾਲ ਆ ਕੇ ਤੇ ਉਦੋਂ ਬਾਅਦ ਸ਼ਾਮ ਨੂੰ ਉਹ ਆਪਣੇ ਪਿੰਡ ਚਲੀ ਜਾਂਦੀ ਸੀ ਕਿਉਂਕਿ ਉਹਦੇ ਸਾਰੇ ਜੀ ਪੁਲਿਸ ਨੇ ਮਾਰ ਦਿੱਤੇ ਸੀ। ਇਹ ਜਸਵੰਤ ਸਿੰਘ ਖਾਲੜਾ ਨੂੰ ਉਹਨੇ ਆਪਣੀ ਜਿਹੜੀ ਇਹ ਵਿਥਿਆ ਇਹ ਬਿਲਕੁਲ ਸੱਚੀ ਕਹਾਣੀ ਹੈ ਤੇ ਚਬਾਲ ਥਾਣੇ ਦੇ ਵਿੱਚ ਇਹ ਪਰਚਾ ਵੀ ਦਰਜ ਹੈ ਤੇ ਉਹ ਸਾਰੀ ਕਹਾਣੀ ਬੀਬੀ ਕੰਸੋ ਦੀ ਜਿਹੜੀ ਹੈ ਉਹ ਇਸ ਨਾਟਕ ਮੰਡਲੀ ਨੇ ਆਪਣੀ ਕੋਰੀਓਗ੍ਰਾਫੀ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਜਸਵੰਤ ਸਿੰਘ ਖਾਲੜਾ ਨੇ ਏਡਾ ਵੱਡਾ ਲਾਵਾਰਸ ਲਾਸ਼ਾਂ ਦਾ ਮੁੱਦਾ ਚੁੱਕਿਆ ਤੇ ਉਸ ਮੁੱਦੇ ਨੂੰ ਉਸਨੇ ਕੌਮਾਂਤਰੀ ਤੌਰ ਤੇ ਸਾਰੇ ਕੌਮਾਂਤਰੀ ਮੰਚਾਂ ਦੇ ਉੱਤੇ ਅਮਰੀਕਾ ਕੈਨੇਡਾ ਇੰਗਲੈਂਡ ਦੇ ਵਿੱਚ ਜਾ ਕੇ ਉਠਾਇਆ ਇਸ ਮਸਲੇ ਨੂੰ ਕਿ ਲਾਵਾਰਸ ਕਰਾਰ ਦੇ ਕੇ ਹਜ਼ਾਰਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਲਾਵਾਰਸ ਕਰਾਰ ਦੇ ਕੇ ਮਾਰਿਆ ਜਾ ਰਿਹਾ ਰੋੜਿਆ ਜਾ ਰਿਹਾ ਇਸ ਕਹਾਣੀ ਨੂੰ ਜੱਗ ਜਾਹਰ ਕੀਤਾ। ਇਹੋ ਹੀ ਕਾਰਨ ਬਣਿਆ ਕਿ ਜਸਵੰਤ ਸਿੰਘ ਖਾਲੜਾ ਜਿਹੜਾ ਹੈ ਉਸ ਨੂੰ ਵੀ ਲਾਵਾਰਸ ਲਾਸ਼ਾਂ ਦਾ ਜਿਹੜਾ ਹੈ ਉਹ ਵਾਰਸ ਬਣਾ ਕੇ ਜਿਹੜਾ ਉਹ ਕਿਸੇ ਬਿੱਲੇ ਲਾ ਦਿੱਤਾ ਗਿਆ ਤੇ ਅੱਜ ਉਸ ਨੂੰ ਇਸ ਗੱਲ ਦਾ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਭਾਵੇਂ ਉਹ ਲਾਵਾਰਸ ਲਾਸ਼ਾਂ ਦਾ ਵਾਰਸ ਬਣ ਗਿਆ ਪਰ ਉਹ ਸੱਚੀ ਕਹਾਣੀ ਉਸ ਸਮੇਂ ਦੇ ਦਰਦ ਨੂੰ ਉਸ ਸਮੇਂ ਦੇ ਜ਼ੁਲਮ ਨੂੰ ਉਸ ਸਮੇਂ ਦੇ ਸਿੱਤਮ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਗਿਆ ਕਿਉਂਕਿ ਜੀਵਨ ਜਿਹੜਾ ਹੈ ਇਹ ਬੰਦੇ ਨੂੰ ਮਿਲਿਆ ਹੈ ਤੇ ਇੱਕ ਦਿਨ ਖਤਮ ਹੋ ਜਾਣਾ ਹੈ ਕਿਉਂਕਿ ਜਿਹੜਾ ਕੋਈ ਚੰਗੇ ਕਾਰਨਾਮੇ ਕਰ ਜਾਊਗਾ ਉਸ ਦੀ ਗੱਲ ਹੈ, ਬਾਕੀ ਸਾਰੀ ਦੁਨੀਆ ਇਤਿਹਾਸ ਹਮੇਸ਼ਾ ਸੂਰਮੇ ਰਚਿਆ ਕਰਦੇ ਨੇ ਉਹ ਇੱਕ ਵਧੀਆ ਇਤਿਹਾਸ ਰਚ ਗਿਆ। ਅੱਜ ਇਹ ਖਾਲੜਾ ਜਸਵੰਤ ਸਿੰਘ ਦੇ ਖਾਲੜੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਤੇ ਅੱਜ ਜਿੱਥੇ ਵੀ ਦੁਨੀਆ ਦੇ ਵਿੱਚ ਕਿਤੇ ਖਾਲੜੇ ਦੀ ਗੱਲ ਤੁਰਦੀ ਹੈ ਤੇ ਜਸਵੰਤ ਸਿੰਘ ਖਾਲੜੇ ਦਾ ਨਾਂ ਜਿਹੜਾ ਉਹ ਸਾਹਮਣੇ ਆ ਜਾਂਦਾ ਕਿਉਂਕਿ ਇਹ ਜਿਹੜੇ ਨਗਰ ਹੈ ਇਹ ਜਿਹੜੇ ਸਟੇਟਾਂ ਨੇ ਇਹ ਜਿਹੜੇ ਪਿੰਡ ਨੇ ਇਹਨਾਂ ਦੇ ਨਾਂ ਹਮੇਸ਼ਾ ਸੂਰਮਿਆਂ ਦੇ ਨਾਂ ਦੇ ਉੱਤੇ ਜਿਹੜੇ ਉਹ ਚੱਲਦੇ ਆ ਤੋ ਉਸਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਜਸਵੰਤ ਸਿੰਘ ਖਾਲੜਾ ਨੇ। ਤੁਸੀਂ ਸਾਰਿਆਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਜਿਹੜੇ ਵੀ ਆਨੰਦ ਦੇ ਨਾਲ ਉਹਨਾਂ ਨੇ ਸਾਰਿਆਂ ਨੇ ਇਹ ਪ੍ਰੋਗਰਾਮ ਸੁਣਿਆ ਬਹੁਤ ਜ਼ਿਆਦਾ ਸਟੇਜ ਵੱਲੋਂ ਅਸੀਂ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਜਿਹੜੇ ਵੀ ਵੀਰ ਇੱਥੇ ਆਏ ਆ। ਸੋ ਹੁਣ ਆਪਣੇ ਜਿਨ੍ਹਾਂ ਨੇ ਇਹ ਨਾਟਕ ਲਿਖਿਆ ਹੈ ਜਿਨ੍ਹਾਂ ਨੇ ਪੇਸ਼ ਕੀਤਾ ਹੈ ਸਰਦਾਰ ਕਰਨੈਲ ਸਿੰਘ ਜੀ ਸਵਰਾ ਉਹਨਾਂ ਨੂੰ ਸਨਮਾਨਿਤ ਕਰਨਗੇ ਅਮਰਜੀਤ ਸਿੰਘ ਜੀ ਖਾਲੜਾ। ਉਹ ਅਮਰਜੀਤ ਸਿੰਘ ਜੀ ਖਾਲੜਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਇਹਨਾਂ ਨੂੰ ਕਰਨੈਲ ਸਿੰਘ ਜੀ ਹੋਰਾਂ ਨੂੰ ਸਨਮਾਨਿਤ ਕਰਨ। ਗ੍ਰੰਥੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸਾਊਂਡ ਵਾਲੇ ਵੀਰ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਇਆ ਔਰ ਸਾਡੇ ਜਤਿੰਦਰ ਵੀਰ ਜੀ ਗੁਰੂ ਨਾਨਕ ਐਂਡ ਲਾਈਟ ਸਾਊਂਡ ਹਰੀਕਿਆਂ ਵਾਲੇ ਜਿਹੜੇ ਕਿ ਜਿਨ੍ਹਾਂ ਦੇ ਇੱਥੇ ਸਹੁਰੇ ਵੀ ਨੇ ਉਹਨਾਂ ਵੀ ਨਾਲ ਸਾਊਂਡ ਓਪਰੇਟ ਕੀਤਾ ਔਰ ਸਾਰੀ ਟੀਮ ਦੇ ਅਸੀਂ